ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆ ਪ੍ਰਗਟ ਭਈ ਸਗਲੇ ਜੁਗ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਗੇ ਪਠਾਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਇੱਕ ਬਾਬਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਚਾਰ ਬਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਤੂੰ ਚਾਰ ਬਾਬੀ ਮਰਦਾਨਾ ਸਾੜਦੇ ਹੋਏ ਸੰਸਾਰ ਨੂੰ ਬਖਸ਼ਿਸ਼ ਕਰਨ ਵਾਲੇ ਗੁਰਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਸੰਤ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸਮੁੱਚੇ ਸੰਸਾਰ ਵਿੱਚ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਸਤਿਗੁਰੂ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਆਓ ਸਤਿਗੁਰੂ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਜੋ ਉਪਦੇਸ਼ ਸੰਤ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਉਸ ਉਪਦੇਸ਼ ਦੇ ਧਾਰਨੀ ਹੋ ਕੇ ਅਤੇ ਚੜ੍ਹਦੀ ਕਲਾ ਦੇ ਨਾਲ ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਸਮੁੱਚੇ ਸੰਸਾਰ ਦੇ ਵਾਸਤੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਕਰਤਾਰਪੁਰ ਦੀ ਧਰਤੀ 'ਤੇ ਬਤੀਤ ਕੀਤਾ ਜਿੱਥੇ ਸਤਿਗੁਰਾਂ ਨੇ ਸਿੱਖ ਨੂੰ ਆਦੇਸ਼ ਕੀਤਾ ਕਿ ਤੂੰ ਧਰਮ ਦੀ ਕਿਰਤ ਕਰਨੀ ਆ, ਵੰਡ ਕੇ ਛਕਣਾ ਅਤੇ ਨਾਮ ਜਪਣਾ, ਸੇਵਾ ਅਤੇ ਸਿਮਰਨ ਦੇ ਵਿੱਚ ਜੋੜਨਾ। ਇਹ ਸਤਿਗੁਰਾਂ ਦੇ ਪਾਏ ਪੂਰਨੇ ਆਦ ਜਗਾਦ ਜਿੰਨਾ ਚਿਰ ਇਸ ਦੁਨੀਆਂ ਦੀ ਧਰਤੀ ਰਹਿਣੀ ਇਸੇ ਤਰ੍ਹਾਂ ਚੱਲਦੇ ਰਹਿਣੇ। ਅਤੇ ਸਤਿਗੁਰਾਂ ਦੇ ਪਰਉਪਕਾਰ ਵੀ ਇੰਨੇ ਵੱਡੇ ਆ ਕਿ ਸਤਿਗੁਰਾਂ ਨੇ ਮਾਨਸਿਕ ਰੂਹਾਂ ਜਿਹੜੀਆਂ ਨਿਰਮਲ ਹੋ ਚੁੱਕੀਆਂ ਸੀ, ਕਮਜ਼ੋਰ ਹੋ ਚੁੱਕੀਆਂ ਸੀ, ਜਿਹੜੀਆਂ ਗ੍ਰਸਥ ਦੇ ਆਸ਼ਰਮ ਤੋਂ ਜਾਂ ਇਤਿਹਾਸਿਕ ਸਮਾਜਿਕ ਇਹ ਜ਼ਿੰਮੇਵਾਰੀਆਂ ਤੋਂ ਦੌੜਦੇ ਸੀ, ਸਤਿਗੁਰੂ ਜੀ ਨੇ ਸਾਰਿਆਂ ਨੂੰ ਆਦੇਸ਼ ਕੀਤਾ ਕਿ ਗ੍ਰਸਥ ਵੀ ਧਾਰਨ ਕਰਨ ਅਤੇ ਸਮਾਜ ਦੇ ਵਿੱਚ ਰਹਿ ਕੇ ਨਾਮ ਵੀ ਜਪਣ। ਸੋ ਆਓ ਸਾਰੇ ਇਸ ਗੱਲ ਦਾ ਵੀ ਸੰਕਲਪ ਕਰੀਏ, ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾਉਣਾ, ਉੱਥੇ ਸਤਿਗੁਰਾਂ ਦੀ ਪਵਿੱਤਰ ਸਿੱਖਿਆ ਇੱਕ ਓਂਕਾਰ ਤੋਂ ਲੈ ਕੇ 18 ਤਸੀਸ ਤੱਕ ਪਵਿੱਤਰ ਗੁਰਬਾਣੀ ਦੇ ਵੀ ਧਾਰਨੀ ਪੜ੍ਹੀਏ ਵੀ ਅਤੇ ਵਿਚਾਰੀਏ ਵੀ। ਇਹੋ ਗੁਰੂ ਸਾਹਿਬ ਦਾ ਸਾਨੂੰ ਉਦੇਸ਼। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ,
ਜਿਉਂਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਲ ਪਰੋਇਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ 555 ਪ੍ਰਕਾਸ਼ ਦਿਹਾੜਾ। ਸਿੱਖ ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਜਿੱਥੇ ਮਨਾ ਰਹੀਆਂ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਰ ਸਾਲ ਦੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਠੀਕ 12 ਵਜੇ ਆਰੰਭ ਹੋਇਆ। ਸੋ ਅੱਜ ਇਸ ਨਗਰ ਕੀਰਤਨ ਦੀਆਂ ਸਿੱਖ ਸੰਗਤਾਂ ਬੜੇ ਸ਼ਰਧਾ ਭਾਵਨਾ ਦੇ ਨਾਲ ਅਤੇ ਸ਼ਬਦੀ ਜਥੇ ਜਿਹੜੇ ਆ ਉਹ ਕੀਰਤਨ ਦੇ ਨਾਲ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਜਿੱਥੇ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਉੱਥੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪਵਿੱਤਰ ਸੰਦੇਸ਼ ਹੈ, ਮਾਨਵਤਾ ਲਈ ਜਿਹੜਾ ਸੰਦੇਸ਼ ਹੈ, ਉਹਦੇ 'ਤੇ ਆਪਾਂ ਨੂੰ ਅੱਜ ਚੱਲਣ ਦੀ ਲੋੜ ਹੈ। ਨਾਮ ਜਪੋ, ਵੰਡ ਛਕੋ, ਕਿਰਤ ਕਰੋ, ਇਹ ਸਤਿਗੁਰੂ ਜੀ ਦਾ ਜਿਹੜਾ ਉਪਦੇਸ਼ ਹੈ, ਸ਼ਬਦ ਦੇ ਨਾਲ ਜੁੜਨਾ ਇਹੀ ਸਤਿਗੁਰੂ ਜੀ ਦਾ ਉਪਦੇਸ਼ ਹੈ। ਆਪਾਂ ਨੂੰ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਤਾਂ ਹੀ ਸਫਲਾ ਜੇ ਆਪਾਂ ਉਹਨਾਂ ਦੇ ਪਵਿੱਤਰ ਉਪਦੇਸ਼ ਨੂੰ ਆਪਣੇ ਅੰਤਰ ਆਤਮਾ ਤੋਂ ਨਾਨਕ ਕਲ ਵਿੱਚ ਆਇਆ ਨਾਨਕ ਕਲ ਵਿੱਚ ਆਇਆ ਨਾਨਕ ਕਲ ਵਿੱਚ ਆਇਆ ਰੱਬ ਫਕੀਰੀ ਕੋ ਪਹਿਚਾਨ ਨਾਨਕ ਕਲ ਵਿੱਚ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਗੋ ਜਗ ਚਾਨਣ ਗੋ ਜਿਉਂ ਕਰ ਸੂਰਜ ਨਿਕਲਿਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ ਜਿੱਥੇ ਬਾਬਾ ਪੈਰ ਧਰੇ ਪੂਜਾਇਆ ਸਨ ਧਾਮ ਸੁਆ ਨਾਨਕ